ਚੈਨਲ ਦੇਖੋ ਦਰਸ਼ਕਾਂ ਨੂੰ ਪਿਆਰ ਮਿਲੇ, ਸਤਿ ਸ਼੍ਰੀ ਅਕਾਲ ਜੀ। ਅੱਜ ਉਹ ਲੈਟਰ ਹੈਗਾ ਜੀ ਬਾਈ ਜੀ ਹਿੰਦੁਸਤਾਨ 50 ਦਾ ਜੀ। ਇਹ ਬਾਈ ਜੀ ਮੋਡਲ ਹੈਗਾ ਜੀ 1992। ਅਤੇ ਰਹੀ ਗੱਲ ਇਹਦੇ ਟਾਇਰਾਂ ਦੀ ਵੀ, ਜੀ ਟਾਇਰ ਤਾਂ ਮੰਨ ਲਓ ਵੀ ਇਹਦੇ ਮਾੜੇ ਮੋਟੇ ਜੀ ਨਹੀਂ ਕੰਮ ਦੇ ਹੋਣੇ, ਕੋਈ ਜ਼ਿਆਦਾ ਨਹੀਂ ਹੈਗੇ, ਮਾੜੇ ਮੋਟੇ 20-25 ਵੈਸੇ ਫੁੱਟੇ ਆ ਜੀ। ਬਾਕੀ ਇੰਜਨ ਪਹਿਲਾਂ ਜਿਹੜਾ TI ਹੋਇਆ ਹੋਇਆ ਵਾ, ਕੋਈ ਬਲੋ ਨਹੀਂ ਹੈਗੀ, ਕੋਈ ਕੰਮ ਨਹੀਂ ਇੰਜਨ। ਬਾਕੀ ਚਾਈ ਲੈਟਰ ਹੀ ਪੂਰੀ ਸਾਫ਼ ਹੈ ਜੀ, ਸਾਰਾ ਤੋਂ ਓਰਿਜਨਲ ਹੈ ਜੀ, ਕੋਈ ਐਕਸਟਰਾ ਕੋਈ ਪਾਵਰ ਸਟੇਅਰਿੰਗ ਵਗੈਰਾ ਕੁਛ ਨਹੀਂ ਹੋਇਆ, ਸਾਰਾ ਤੋਂ ਓਰਿਜਨਲ ਹੈ ਜਿਹੜਾ ਹੁੰਦਾ ਕੰਪਨੀ ਉਹਨਾਂ ਦੀ। TI ਹੋਇਆ ਹੋਇਆ ਜੀ, ਸਿਰਫ ਟਾਟਾ ਲੈਟਰ ਚੰਗਾ ਜੀ, ਪੰਜਾਬ ਨੰਬਰ PV13 ਸਰੂਰ ਦਾ ਸੈਕਿੰਡ ਪਾਰਟੀ ਦਾ ਨਵਾਂ ਜੀ। ਬਾਕੀ ਲੈਟਰ ਪੂਰਾ ਵਧੀਆ ਜੀ, ਤਿਆਰ ਦੋ ਉਹਨਾਂ ਨੇ ਬੰਦੇ ਖਾਮੀ ਕੇ ਲੈ ਜਾਣ, ਬੰਦੇ ਆਏ ਵੀ ਸੀ ਫੋਨ ਦਿਮਾਗ 'ਚ, ਮੈਂ ਸੇਵ ਕਰਨਾ ਭੁੱਲ ਗਿਆ, ਦੋ ਦਿਨ ਹੁੰਦੇ ਮੇਰੇ ਵੀਡੀਓ ਦੇਖ ਕੇ ਉਹਨਾਂ ਕਲੈਕਟ ਕਰ ਲੈਣਗੇ। ਇਹਦੀ ਡਿਮਾਂਡ ਕਰਦੇ ਵੀ ਜੀ 1,85,000 ਰੁਪਈਆ, ਅਤੇ ਮੌਕੇ 'ਤੇ ਮਾਨ ਤਾਂ ਕਰਾਂਗੇ ਜਿਹੜਾ ਹੋਊਗਾ ਜੀ। ਬਾਕੀ ਲੈਟਰ ਚੰਗਾ ਪੂਰਾ, ਆਵਾਜ਼ ਬੂਜ਼ ਮਤਲਬ ਹੈ ਨਹੀਂ ਜੀ ਕੋਈ, ਚੰਗਾ ਲੈਟਰ ਹੈ ਜੀ, ਲੋਕਲ ਨੰਬਰ ਹੈ ਜੀ ਪੰਜਾਬ ਦਾ ਜੀ। ਅੱਗੇ ਸਮਾਨ ਸਮਾਨ ਲੈਟਰ ਲੁੱਟਾਂ ਸਾਡੇ ਕੋਲ ਨਾਲ ਦੀਆਂ ਨਹੀਂ, ਹਾਲ ਤੱਕ ਚੇਂਜ ਹੈ। ਹੁਣ ਦੇਖੋ ਤੁਸੀਂ ਲੈਟਰ ਦੀ ਵੀਡੀਓ ਜੀ, ਇੰਜਨ ਮੰਨ ਲਓ ਜੀ ਬਿਲਕੁਲ ਨਵਾਂ ਹੋਇਆ ਟਰੈਕਟਰ ਹੈ, DA ਕੀਤਾ ਹੋਇਆ ਜੀ, 1991 ਮਾਡਲ ਹੈ ਜੀ, ਉਹ PV13 ਨੰਬਰ ਹੈ ਜੀ, ਸਲੰਸਰ ਸੋਸ ਨਾਲ ਦਾ ਜੀ, DA ਕੀਤਾ ਹੋਇਆ, ਸਿਰਫ ਸਟਾਰਟ ਹੈ ਜੀ, ਟਰੈਕਟਰ ਪੂਰਾ ਚੰਗਾ ਜੀ, 1991 ਮਾਡਲ ਹੈ ਜੀ। ਫਿਰ ਸਾਡੇ ਕੋਲ 94 ਸੀ, ਥੋੜ੍ਹੇ ਦਿਨ ਹੋ ਗਏ, 94 ਮਾਡਲ ਵੇਚਿਆ ਪਹਿਲਾਂ ਸੀ ਜੀ, ਚੰਗੇ ਰੇਟ ਤਿਆਰ ਤੂੰ ਕਰਾ ਕੇ ਫਿਰ ਮਰਮ ਵੀ ਸਾਫ਼ ਨੇ ਜੀ, ਚਲਾਈ ਚੰਗੇ ਰੇਟ ਦੀ, ਜੇ ਲੈਣਾ ਸੰਪਰਕ ਕਰੋ ਜੀ। ਠੀਕ ਹੈ ਭਾਅ ਜੀ, ਸ਼ੁਕਰੀਆ, ਧੰਨਵਾਦ।